ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਮਹਾਲੀ ਵਿਖੇ ਮਾਂਜੋ ਪ੍ਰਧਾਨ ਸਾਬ ਤੇ ਜਿਹੜਾ ਹਮਲਾ ਹੋਇਆ ਉਹ ਬਹੁਤ ਮਾੜੀ ਘਟਨਾ ਸੀ ਕੱਲ ਜਿਹੜੀ ਉੱਥੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਸ਼ਰੋਣੀ ਕਮੇਟੀ ਮੈਂਬਰ ਸਾਬ ਬਣ ਗਏ ਸੀ ਇਹ ਸਾਰੇ ਹੀ ਮੈਂਬਰ ਸਾਹਿਬਾਨ ਸਮੇਤ ਪ੍ਰਧਾਨ ਸਿੱਖ ਸੰਘਰਸ਼ ਦਾ ਇਹ ਸਾਰੇ ਨੇ ਚਾਹੇ ਕਈਆਂ ਨੇ ਜੇਲਾਂ ਕਟੀਆਂ ਚਾਹੇ ਜਿਤਨਾ ਧਾਮੀ ਸਾਹਿਬ ਇਹਨਾਂ ਨੇ ਜਿਹੜੇ ਸਿੰਘ ਜੇਲਾਂ ਸੀ ਉਹਨਾਂ ਦੇ ਕੇਸਾਂ ਦੀ ਪੈਰਵਾਹੀ ਵੀ ਸਮੇਂ-ਸਮੇਂ ਕੀਤੀ ਅਜਿਹੇ ਵਿਅਕਤੀ ਤੇ ਜੋ ਛਰੌਂਣੀ ਗੁਰਦਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਵੀ ਆ ਇਹ ਤੇ ਕੋਈ ਛੱਕੀ ਵਿਅਕਤੀਆਂ ਵੱਲੋਂ ਹਮਲਾ ਕਰਨਾ ਉਹ ਇਹਨੇ ਖੇਧੀ ਕਰਦੇ ਆ ਕਿਉਂਕਿ ਮਾਂ ਜੋ ਪ੍ਰਧਾਨ ਸਾਹਿਬ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਨਹੀਂ ਪ੍ਰਧਾਨ ਇੱਕ ਸੰਸਦਾਂ ਦੇ ਪ੍ਰਧਾਨ ਨੇ ਸੰਸਦਾਂ ਉਹ ਵੀ ਉਹ ਜਿਹੜੀ ਸਿੱਖਾਂ ਦੀ ਨੁਮੈਂਦਾ ਜਥੇਬੰਦੀ ਆ ਜਿਹੜਾ ਮੁਹਾਲੀ ਮੋਰਚਾ ਲੱਗਾ ਇਹ ਕਿਸੇ ਇੱਕ ਧਰ ਦੀ ਜਿਹੜੇ ਬੰਦੀ ਸਿੰਘ ਨੇ ਉਹ ਕਿਸੇ ਇੱਕ ਧਰ ਦੇ ਨਹੀਂ ਗੇ ਉਹ ਸਮੁੱਚੀ ਕੌਮ ਦੇ ਨੇ ਮਾਝੋ ਪ੍ਰਧਾਨ ਸਾਹਿਬ ਵੱਲੋਂ ਜਦੋਂ ਦੇ ਪ੍ਰਧਾਨ ਬਣੇ ਨੇ ਇਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ-ਸਮੇਂ ਤੇ ਯਤਨ ਕੀਤੇ ਗਏ ਜਿਵੇਂ ਦਿੱਲੀ ਜੀਵ ਧਰਨਾ ਦਿੱਤਾ ਗਿਆ ਫਿਰ ਜ਼ਿਲ੍ਹਾ ਕਚਹਿਰੀਆਂ 'ਚ ਧਰਨੇ ਦਿੱਤੇ ਗਏ ਰੋਸ ਮਾਰਚ ਕੱਢੇ ਗਏ ਐਸੇ ਹੀ ਰੋਸ ਮਾਰਚ ਦੇ ਬਾਅਦ ਜਿਹੜਾ ਹੁਣ ਕੁਝ ਜਥੇਬੰਦੀਆਂ ਵੱਲੋਂ ਮੁਹਾਲੀ 'ਚ ਧਰਨਾ ਲਾਇਆ ਗਿਆ ਸੀ ਉਹਨਾਂ ਦੇ ਸੱਦੇ ਦੇ ਮਾਂਜੋ ਪ੍ਰਧਾਨ ਸਾਹਿਬ ਉਸ ਮੋਰਚੇ 'ਚ ਸ਼ਾਮਲ ਹੋਣ ਲਈ ਗਏ ਪਰ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮਾਂਜੋਗ ਪ੍ਰਧਾਨ ਸਾਹਿਬ ਸਮੇਤ ਮੈਂਬਰਾਂ ਤੇ ਜਿਹੜਾ ਹਮਲਾ ਕੀਤਾ ਗਿਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਆ ਗੱਡੀ ਦੀ ਤੋੜਫੋੜ ਗੱਡੀ ਦੀ ਤੋੜਫੋੜ ਕੀਤੀ ਚਲੋ ਗੁਰੂ ਮਹਾਰਾਜ ਦੇ ਫਿਰ ਵੀ ਅੰਗ ਸੰਗ ਰਹਿ ਕੇ ਮਾਂਜੋਗ ਪ੍ਰਧਾਨ ਸਾਹਿਬ ਸਮੇਤ ਜਿਹੜੇ ਮੈਂਬਰ ਸਾਹਿਬ ਉਹਨਾਂ ਦੀ ਰੱਖਿਆ ਕੀਤੀ ਆ ਜੇ ਕਿਸੇ ਕੋਈ ਘਟਨਾ ਆਸੀ ਮਿਸ ਹੈਪਨਿੰਗ ਹੋ ਜਾਂਦੀ ਤਾਂ ਸਾਰੀ ਕੌਮ ਸ਼ਰਮਸਾਰ ਹੁੰਦੀ ਪ੍ਰਧਾਨ ਸਾਹਿਬ ਫਿਰ ਵੀ ਫਰਾਗ ਦੇ ਲਈ ਵਿਖਾ ਵਿਖਾਉਂਦਿਆਂ ਹੋਇਆਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਨੀ ਤੇ ਨਾ ਹੀ ਕੋਈ ਅਸੀਂ ਕੰਟਰੋਵਰਸੀ ਚ ਪੈਣਾ ਅਸੀਂ ਉਹ ਉਥੋਂ ਦੇ ਜਿਹੜੀ ਜਿਨ੍ਹਾਂ ਨੇ ਮੋਰਚਾ ਲਾਇਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਇਹਨਾਂ ਵਿਅਕਤੀਆਂ ਦੀ ਪਛਾਣ ਕਰਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਮੋਰਚਿਤ ਵੱਖਰਾ ਕਰਨ ਕਿਉਂਕਿ ਜੇ ਇਹ ਮੋਰਚਾ ਲੱਗਾ ਤੇ ਇੱਥੇ ਹਰ ਵਿਅਕਤੀ ਨੇ ਸ਼ਾਮਲ ਹੋਣਾ ਹੈ ਕਿਉਂਕਿ ਇਹ ਸਮੁੱਚੀ ਕੌਮ ਦਾ ਮਸਲਾ ਆ ਜਿਹੜੇ ਬੰਦੀ ਸਿੰਘ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਲਈ ਜੇਲ੍ਹ ਅਜ ਨਹੀਂ ਗਏ ਉਹਨਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਲੰਮੇ ਸਮੇਂ ਤੋਂ ਜੇਲਾਂ ਚ ਨੇ ਹਰ ਸਿੱਖ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦਾ ਹੈ ਇਸ ਲਈ ਛਰੋਣੇ ਕਮੇਟੀ ਨੇ ਦਸਤਗੀ ਮੈਮ ਵੀ ਸ਼ੁਰੂ ਕੀਤੀ ਹੋਈ ਆ ਤੇ ਉਸੇ ਦੇ ਬਿਹਾਵ ਤੇ ਹੀ ਪ੍ਰਧਾਨ ਸਾਹਿਬ ਉਸ ਮੋਰਚੇ 'ਚ ਸ਼ਾਮਲ ਹੋਣ ਲਈ ਗਏ ਸੀ ਤੇ ਜਿਹੜਾ ਕੁਝ ਮੈਨੂੰ ਲੱਗਦਾ ਸਰਕਾਰ ਦੀਆਂ ਏਜੰਸੀਆਂ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਇਹ ਘਟਨਾ ਨੂੰ ਇੰਜਾਮ ਦੇ ਕੇ ਜਿੱਥੇ ਸਿੱਖਾਂ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਆ ਉੱਥੇ ਹੀ ਮੈਂ ਸਮਝਦਾ ਕਿ ਮੋਰਚੇ ਨੂੰ ਫੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਅੱਜ ਸਿਕਤਰਾਂ ਵੱਲੋਂ ਮੈਂ ਇਸ ਘਟਨਾ ਦੀ ਨਖੇਦੀ ਕਰਦਾ ਤੇ ਸਮੁੱਚੇ ਸਟਾਫ ਵੱਲੋਂ ਵੀ ਇਹ ਨਖੇਦੀ ਕਰਦਾ ਕਿਉਂਕਿ ਸਾਰੇ ਸਟਾਫ ਨੇ ਮੈਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਘਟਨਾ ਦੀ ਸਮੁੱਚੇ ਸਟਾਫ ਨੂੰ ਨਖੇਦੀ ਕਰੋ ਤੇ ਮੈਂ ਸਿੰਘ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇਸ ਘਟਨਾ ਦੀ ਜਿਹੜੀ ਆ ਉਹ ਨਿਰਪੱਖ ਜਾਂਚ ਆਪ ਕਰਨ ਤਾਂ ਕਿ ਸਿੱਖਾਂ 'ਚ ਜਿਹੜਾ ਪੜਾ ਪਾਉਣ ਦੀ ਸਾਜ਼ਿਸ਼ ਆ ਇਹ ਬੇਨਕਾਮ ਹੋਵੇ ਤਾਂ ਕਿ ਕੋਈ ਵੀ ਸਿੱਖ ਜੜੀ ਉਹ ਬਿਨਾ ਕਿਸੇ ਪੜਕਾੜ ਤੋਂ ਉਸ ਮੋਰਚੇ ਵਿੱਚ ਸ਼ਾਮਲ ਹੋ ਕੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਲਈ ਯਤਨ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ